ਪ੍ਰਿੰਸੀਪਲ ਹੈ 8-10 ਸਾਲ ਤੋਂ ਕਿੰਨੇ ਗੰਦੇ ਘਨੌਣੇ ਕੰਮ ਕਰਨ ਦਿਆ ਆ, ਇਹਨੂੰ ਸ਼ਰਮ ਨਹੀਂ ਹੈਗੀ ਮਾਸਾ ਦੀ ਲਈ ਮੈਂ ਇੰਨੀ ਤਨਖਾਹ ਲੈਣ ਦਿਆਂ ਤੇ ਬੱਚਿਆਂ ਦੀ ਸੇਫਟੀ ਕਰਾਂ। ਉਹ 7 ਬੱਚਿਆਂ ਦਾ ਕਤਲ ਹੋ ਗਿਆ ਤੇ ਉੱਥੇ ਕੱਖ ਵੀ ਨਾ ਹੋਇਆ। ਉਸ ਤੋਂ ਬਾਅਦ ਮੈਡਮਾਂ ਇੱਥੇ ਸਕੂਲ ਦੇ ਮੁੰਡਿਆਂ ਨਾਲ ਵਿਆਹ ਕਰਾ ਕੇ ਇੱਥੇ ਪੜ੍ਹਾਉਂਦੀਆਂ ਨੇ, ਇਹਨੂੰ ਸ਼ਰਮ ਨਹੀਂ ਆਉਂਦੀ। ਇੱਥੇ ਦੱਲਾ ਆ, ਇਹ ਦੱਲਾ ਆ, ਇਹਨੂੰ ਕੋਈ ਅਕਲ ਨਹੀਂ ਆ। 4 ਸਾਲ ਦੀ ਬੱਚੀ ਦੇ ਨਾਲ ਐਡਾ ਵੱਡਾ ਜੁਰਮ ਹੋਇਆ ਤੇ ਇਹ ਕੀ ਕਰਨ ਦਿਆ ਆ? ਇਹ ਕਿੱਥੇ ਕਾਨੂੰਨ ਸੁੱਤਾ ਆ? ਇਹ ਪ੍ਰਿੰਸੀਪਲ ਦੇ ਬਰਾਬਰ ਦਾ ਪਰਚਾ ਹੋਣਾ ਚਾਹੀਦਾ ਆ, ਇਹਨੂੰ ਮਾਫ ਕਰਨਾ ਜਿਹੜਾ ਨਾ ਬੜੀ ਵੱਡੀ ਗਲਤੀ ਆ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।